ਸ਼ਾਸੀ ਕਾਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗ ਸਥਿਤ ਤੁਹਾਡਾ ਸਵਾਗਤ ਹੈ ਜੀ ਹਾਂਜੀ ਕੀ ਕਹਿੰਦੇ ਸੀ ਤੁਸੀਂ ਕੀ ਬਣਾ ਰਹੇ ਹੋ ਅੱਜ ਕੁਛ ਨਹੀਂ ਮੈਂ ਤਾਂ ਇਹਨਾਂ ਦੀ ਆਹ ਕਟਿੰਗ ਕਰਦੀ ਹਾਂ ਤੁਸੀਂ ਕਿੱਦਣ ਦੇ ਕਹਿ ਰਹੇ ਹੋ ਵੀ ਕ
ਦੇਖੋ ਜੀ ਸਾਡੇ ਹਨਾ ਥੋੜੇ ਥਾਂ ਤੇ ਜ਼ਿਆਦਾ ਬੂਟੇ ਲਗਾਏ ਹੋਏ ਨੇ ਤਾਂ ਕਰਕੇ ਉਹ ਵਿਚਾਰੇ ਉਲਝੇ ਪਏ ਨੇ ਆਪਸ ਵਿੱਚ ਅਸੀਂ ਹੁਣ ਸਭ ਤੋਂ ਪਹਿਲਾਂ ਜਿਹੜੀ ਕਟਿੰਗ ਆ ਹੈਗਾ ਆੜੂ ਆ ਹੈਗਾ ਨਿੰਬੂ ਹਨਾ ਇਹਨਾਂ ਦੀ ਜਿਹੜੀ ਥੱਲੇ ਥੋੜੀ ਜਿਹੀ ਸਪੇਸ ਘੱਟ ਬਹੁਤ ਘੱਟ ਹੈ ਤਾਂ ਇਹ ਉਲਝੇ ਪਏ ਨੇ ਇੱਕ ਦੂਜੇ ਦੇ ਵਿੱਚ ਓ ਕਾੜੂ ਤੋੜ ਕਾੜੂ ਟੁੱਟ ਗਿਆ ਕੱਚਾ ਆੜੂ ਵਿਚਾਰਾ ਟੁੱਟ ਗਿਆ ਮੇਥੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਦੇਖਿਓ ਇਹਦੇ ਵਿੱਚੋਂ ਕੀ ਦੁੱਧ ਜਿਹਾ ਨਿਕਲਦਾ ਉਹ ਪੱਕਣਾ ਸੀ ਚਲੋ ਵੈਸੇ ਦੇਖਾਂਗੇ ਕੋਸ਼ਿਸ਼ ਕਰਾਂਗੇ ਪਕਾਉਣ ਦੀ ਇਹਨੂੰ ਆਰਗੈਨਿਕ ਤੇ ਕਿੰਨਾ ਦੇਖਿਓ ਕਿੰਨਾ ਦੁੱਧ ਜਿਹਾ ਨਿਕਲਦਾ ਇਹਦੇ ਵਿੱਚੋਂ ਹੋਈ ਨਾ ਆੜੂ ਦੇ ਵਿੱਚੋਂ ਚਿਪਚਿਪ ਆ ਜਾਣਾ ਬਣਨਾ ਸੀ ਨਾ ਜਿਵੇਂ ਗਮ ਨਹੀਂ ਹੁੰਦੀ ਹੈਗੀ ਉਵੇਂ ਨਿਕਲਦਾ ਇਹਦੇ ਵਿੱਚੋਂ ਚਿੱਟਾ ਚਿੱਟਾ ਜਿਹਾ ਕੁਛ ਤੇ ਬਾਕੀ ਇਹਨੂੰ ਅਖਬਾਰ ਲਪੇਟ ਕੇ ਆਪਾਂ ਦੇਖਾਂਗੇ ਪੱਕ ਜਾਂਦੇ ਨੇ ਕਿਹਨੇ ਅਖਬਾਰ ਲਪੇਟ ਕੇ ਇਹ ਤਾਂ ਕੀ ਪੱਕੂਗਾ ਨਹੀਂ ਠੀਕ ਹੈ ਪੱਕ ਜੂਗਾ ਚਲੋ ਕਰੋ ਸ਼ੁਰੂਆਤ ਕਰਾਂ ਆਹ ਹੀ ਕੱਟੋ ਕੱਟੋ ਪਹਿਲਾਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇ ਕੇ ਜੇ ਆਪਾਂ ਕਿਸਾਨ ਆ ਚਲੋ ਤੁਸੀਂ ਮੈਨੂੰ ਦੱਸੀ ਜਾਓ ਕਿਹੜੀ ਕਿਹੜੀ ਬ੍ਰਾਂਚਸ ਕੱਟਣੀਆਂ ਨੇ ਆਹ ਤਾਂ ਨਾਲ ਹੀ ਦੋਨੇ ਆਹ ਹਾਂ ਹਾਂ ਨਾਲ ਹੀ ਨਾਲ ਹੀ ਯਾਰ ਕਰੋ ਛੱਟੇ ਚਲੋ 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 ਚੀਕੂ ਦਾ ਬੂਟਾ ਤੇ ਨਿੰਬੂ ਦੇ ਬਿਲਕੁਲ ਵਿੱਚ ਅਟੈਚ ਹੋਇਆ ਪਿਆ ਇਧਰੋਂ ਤਾਂ ਨਿੰਬੂ ਨਾਲ ਕਰ ਦਿੰਦੇ ਆ ਸਾਡੇ ਨਾ ਇਹ ਬੂਟੇ ਬਿਲਕੁਲ ਆਏ ਇੱਕ ਦੂਜੇ ਚ ਉਲਝੇ ਪਏ ਨੇ ਥਾਂ ਬਹੁਤ ਘੱਟ ਆ ਅਸੀਂ ਵੈਸੇ ਇੱਕ ਦੋ ਬੂਟੇ ਜ਼ਿਆਦਾ ਹੀ ਲਗਾਈ ਬੈਠੇ ਆ ਤੇ ਉਹਦੇ ਕਰਕੇ ਥੋੜੀ ਦਿੱਕਤ ਹੋ ਜਾਂਦੀ ਆ ਆਪਣੇ ਜੋਗਾ ਫਰੂਟ ਹੋ ਜਾਂਦਾ ਜੇ ਲੋਕ ਹੈ ਨਾ ਤਾਂ ਕਰਕੇ ਚਲੋ ਬਾਕੀ ਇਧਰੋਂ ਕਰ ਦਿੰਨੇ ਆ ਕਟਿੰਗ ਇੱਧਰ ਉਹਦੀ ਕਟਿੰਗ ਕਰਦੇ ਆ ਇਧਰ ਵੀ ਕਰ ਲਾਂਗੇ ਬਾਕੀ ਜਿਹਨੂੰ
ਇਹਨਾਂ ਦੀ ਕਟਿੰਗ ਕਰਨ ਵਾਲੀ ਸੀਗੀ ਅੰਦਰ ਉਹ ਬੂਟੇ ਦੀ ਕਟਿੰਗ ਤਾਂ ਆਪਾਂ ਕਰਤੀ ਹਨਾ ਆ ਜਿਹੜੇ ਹੈਗੇ ਨੇ ਬਾਕੀ ਇਹਨਾਂ ਦੇ ਜਿਹੜੇ ਫਲ ਆ ਜਿਹੜਾ ਨਵਾਂ ਆ ਰਿਹਾ ਤੇ ਨਵੀਆਂ ਟਾਹਣੀਆਂ ਬ੍ਰਾਂਚਸ ਨੇ ਜਿਹੜੀ ਆ ਉਹ ਮਤਲਬ ਉਹ ਹੁੰਦੀਆਂ ਨੇ ਉੱਗਦੀਆਂ ਨੇ ਤੇ ਤਾਂ ਕਰਕੇ ਜਿਹੜੀ ਉਹਨਾਂ ਦੀ ਕਟਿੰਗ ਆਪਾਂ ਨਹੀਂ ਕਰਦੇ ਹੈਗੇ ਤੇ ਆਹ ਦੇਖੋ ਜੀ ਇਹ ਬੂਟਾ ਕਰਦਾ ਹੈਗਾ ਅਮਰੂਦ ਦਾ ਦਿਖਾਇਓ ਜੀ 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 ਇਹਨੂੰ ਲੱਗੇ ਹੋਏ ਨੇ ਅਮਰੂਦ ਹਨਾ ਇਹ ਇਹਨੂੰ ਸਾਰਾ ਸਾਲ ਹੀ ਲੱਗਦੇ ਨੇ ਸਾਰਾ ਸਾਲ ਇਹਨੂੰ ਇਸ ਤੋਂ ਵੀ ਇੱਕ ਅਸੀਂ ਤੋੜਿਆ ਕੱਲ੍ਹ ਉਹ ਬਹੁਤ ਜ਼ਿਆਦਾ ਵੱਡਾ ਸੀਗਾ ਅਤੇ ਆਹ ਜਿਹੜੇ ਆਹ ਲੱਗੇ ਹੋਏ ਨੇ ਹਨਾ ਤੁਸੀਂ ਪੁੱਛੋਗੇ ਵੀ ਆਹ ਫਿਰ ਅਮਰੂਦਾਂ ਦੇ ਬੂਟੇ 'ਤੇ ਆਹ ਕੀ ਲੱਗੇ ਹੋਏ ਨੇ ਦੱਸੋ ਜੀ ਕੀ ਨੇ ਇਹ ਬਾਕੀ ਤਾਂ ਤੁਸੀਂ ਦੇਖੋ ਦਰਸ਼ਕ ਕਮੈਂਟਾਂ 'ਚ ਦੱਸ ਦੇਣਗੇ ਹਾਂਜੀ ਚਲੋ ਨਹੀਂ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ ਕਮੈਂਟਾਂ 'ਚ ਹੀ ਪੁੱਛੋ ਦਰਸ਼ਕਾਂ ਤੋਂ ਤੁਸੀਂ ਫਿਰ ਨਹੀਂ ਆਪਾਂ ਦੱਸ ਦਾਂਗੇ ਅਗਲੀ ਵੀਡੀਓ 'ਚ ਤੇ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ ਚਲੋ ਦੱਸੋ ਦੱਸੋ ਇਹ ਮੈਂ ਲਗਾਏ ਨੇ ਡੈਕੋਰੇਸ਼ਨ ਵਾਸਤੇ ਓਕੇ ਤੇ ਆਰਟੀਫਿਸ਼ਲ ਲਗਾਏ ਹੋਏ ਨੇ ਐਪਲ ਸਾਨੂੰ ਬਹੁਤ ਜਾਣੇ ਆ ਕੇ ਪੁੱਛਦੇ ਨੇ ਜਿਵੇਂ ਕਈ ਵਾਰ ਸਾਡਾ ਗੇਟ ਖੁੱਲ੍ਹਾ ਹੁੰਦਾ ਜਾਂ ਕੋਈ ਆਉਂਦਾ ਹਨਾ ਘਰ ਦੇ ਵਿੱਚ ਉਹ ਪੁੱਛਦੇ ਨੇ ਉਹ ਇੱਕਦਮ ਦੇਖਦੇ ਨੇ ਹਨਾ ਵੀ ਹਾਏ ਆ ਕੀ ਲੱਗਿਆ ਹੋਇਆ ਕਈਆਂ ਨੂੰ ਤਾਂ ਐਂ ਲੱਗਦਾ ਹੁੰਦਾ ਵੀ ਸੇਬ ਲੱਗੇ ਹੋਏ ਨੇ ਤੇ ਇਹ ਸੇਬ ਨਹੀਂ ਹੈ ਜਿਹੜੇ ਡੈਕੋਰੇਸ਼ਨ ਵਾਸਤੇ ਲਗਾਏ ਹੋਏ ਨੇ ਜੀ ਤੇ ਬਾਕੀ ਉਹ ਛੋਟਾ ਨਿੰਬੂ ਆ ਉਹਦੇ ਛੋਟੇ ਛੋਟੇ ਨਿੰਬੂ ਲੱਗਦੇ ਨੇ ਉਹ ਵੀ ਲੱਗੇ ਹੋਈ ਜਾਂਦੇ ਨੇ ਸਾਰਾ ਸਾਲ ਵਧੀਆ ਲੱਗਦੇ ਨੇ ਸਾਡੇ ਅਚਾਰ ਪਾਉਣ ਵਾਸਤੇ ਬਹੁਤ ਜ਼ਿਆਦਾ ਉਹਨੂੰ ਕਹਿੰਦੇ ਨੇ 12 ਮਾਸੀ ਨਿੰਬੂ ਕਾਗਜ਼ੀ ਨਿੰਬੂ ਹੈ ਸ਼ਾਇਦ ਆ ਹੈਗਾ ਪਿੰਜਰਾ ਲਾਤਾ ਸੀ ਮੈਡਮ ਨੇ ਪਿੰਜਰਾ ਤੁਹਾਡਾ ਇੱਕ ਕਰਨੀ ਆ ਬਾਹਰੇ ਹੈ ਨਾ ਜਾਮਨ ਦੀ ਕਟਿੰਗ ਆ ਜੀ ਨੇ ਮੇਰਾ ਸਾਰਾ ਹੀ ਬੋਰਡ ਲੁਕੋਇਆ ਪਿਆ ਚਲੋ ਫਿਰ ਉਹਦਾ ਚਲੋ ਚਲੋ ਠੀਕ ਹੈ ਕੋਈ ਪਲਾਂਟ ਸੁੱਕ ਨਾ ਜਾਵੇ ਬਸ ਆ ਸਾਰਾ ਕੁਝ ਆਪਾਂ ਪਾ ਦਾਂਗੇ ਫਾਰਮ ਦੇ ਵਿੱਚ ਪਤਾ ਕੀ ਹੈ ਜਦ ਕੋਈ ਵੀ ਦਰਖਤ ਜ਼ਿਆਦਾ ਹੈਵੀ ਹੋ ਜਾਂਦਾ ਉਹ ਹਲੇ ਹੁਣ ਛੋਟੇ ਹੀ ਹੈ ਇਹ ਇਹਦੀ ਫਿਰ ਇਹਦਾ ਟੁੱਟਣ ਦਾ ਖਤਰਾ ਹੋ ਜਾਂਦਾ ਆਪਾਂ ਨੂੰ ਇਹਨੂੰ ਥੋੜ੍ਹੀ ਜਿਹੀ ਹੋਰ ਲੰਬੀ ਚਲੀ ਜਾਵੇ ਤਾਂ ਸਾਨੂੰ ਤਾਂ ਕਰਕੇ ਆਪਾਂ ਇਹਦੀ ਵੀ ਨੀਚਿਓਂ ਕਟਿੰਗ ਜਿਹੜੀ ਕਰਦੇ ਰਹਿੰਦੇ ਹਾਂ ਆ ਦੇਖੋ ਪਹਿਲਾਂ ਹੀ ਛੋਟੀ ਸੀ ਅਸੀਂ ਇੱਥੋਂ ਕਟਿੰਗ ਕਰਦੇ ਹਾਂ ਇੰਨੀ ਮਤਲਬ ਉਹ ਹੋਊਗੀ ਇਹਦੀ ਸਟੈਮ ਇੰਨੀ ਵੱਡੀ ਹੋਊਗੀ ਹੁਣ ਆਪਾਂ ਇਹਦੀ ਕਟਿੰਗ ਜਿਹੜੀ ਕਰਦੇ ਰਹਾਂਗੇ ਤਾਂ ਨਿਕਲ ਜੂ ਜੀ ਇਹ ਆ ਜਾਮਨ ਦਾ ਤਾਂ ਹੁਣ ਥੋੜੇ ਜਿਹੇ ਪਿੱਛੇ ਇਧਰ ਮੇਥੀ ਮੁਥੀ ਲਾਈ ਹੋਈ ਆ ਹਨਾ ਉਹਨੂੰ ਵੀ ਬਹੁਤ ਉਹ ਕਰਦੀ ਸੀ ਆ ਵੀ ਮੈਂ ਤਾਂ ਕਹਿੰਦੀ ਕੱਟ ਹੀ ਦਿੰਦੀ ਆ ਇਹ ਟਾਣੀ ਥੋੜੀ ਜਿਹੀ ਮੋਟੀ ਆ ਦੋ ਤਿੰਨ ਵਾਰ ਕਮਾ ਕਮਾ ਕੇ ਹੋ ਸਤਿ ਸ਼੍ਰੀ ਅਕਾਲ ਜੀ ਹੁਣ ਤੋਂ ਵਧੀਆ ਲੱਗਦੀ ਹੈ ਜਾਮਨ ਜੀ ਪਤਾ ਹੈ ਨਾਲ ਦੀ ਨਾਲ ਕਟਿੰਗ ਹੋਈ ਜਾਂਦੀ ਹੈ ਐਕਚੁਅਲੀ ਤੇ ਲੇਟ ਹੋ ਗਈ ਹਾਂ ਬਾਅਦ ਵਿੱਚ ਕਟਿੰਗ ਕਰਨ ਤੋਂ ਨਹੀਂ ਫਿਰ ਟਾਣੀਆਂ ਇੰਨੀਆਂ ਮੋਟੀਆਂ ਵੀ ਨਹੀਂ ਹੁੰਦੀਆਂ ਹਾਂ ਆ ਵੀ ਹੋ ਜੂਗੀ ਨਾਲ ਹੁਣ ਵੱਡੀ ਹੋ ਜੂ ਜਿਹੜੀ ਆ ਨਾਲ ਹੈ ਕਿਉਂਕਿ ਇਹ ਦੱਬੀ ਹੋਈ ਸੀ ਇੱਕ ਵਾਰ ਤੁਸੀਂ ਦੇਖ ਕੇ ਕਰ ਦਿੰਦੇ ਫਿਰ ਕਟਰ ਦਾ ਵੀ ਨਹੀਂ ਇੰਨਾ ਵਿਚਾਰੇ ਦਾ ਜ਼ੋਰ ਲੱਗਦਾ ਜੀ ਹੁਣ ਇਸ ਵਾਰ ਤਾਂ ਟਾਣੀਆਂ ਸੀ ਚਾਹੀਦੀ ਹੈ ਕਟਰ ਨਾਲ ਹੀ ਕੱਟਣੀ ਕਦੇ ਵੀ ਤੁਸੀਂ ਕਟਿੰਗ ਕਰਨੀ ਹੈ ਕਟਿੰਗ ਜ਼ਰੂਰੀ ਵੀ ਹੈ ਬੂਟਿਆਂ ਲਈ
फलदार बूटियां लई फल बहुत आउंदा फिर जदों जामण वड्डी होगी फिर तां इहने अपने आप ही सारा सैट हो जाणा सी तां वी कोई माली नहीं रख्या होया संदीप नूं जानकारी है बाकी सानूं नाल मिलदी रहिंदी कटिंग जिवें अमरूद दे बूटे हो गए छोटे उहनां दी कटिंग बस बस रहण दो बाकी तां आ तां रहण दो फिर थोड़ी जिही इहनां नूं खुराक भी चाहीदी आ खाणा भी इहनां ने इहनां तों ही बणाउणा इहनां पत्तियां तों इन्ना क जो ये वड्डी होगी फिर ये कट देंगे थल्यों आ कटनी है बोर्ड वाली कट दो कोई नहीं हाँ बनना गे जी आ कट दो बोर्ड वाली कोई गल नहीं हजे कोई दिक्कत नहीं रहन दो कोई गल बननी हुई बात चाह उपरों हाँ 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 बन दो फिर लियाओ ये जड़ा जी चो कट दो थोड़ी थोड़ी मेन ब्रांच ना कटे बस कट दे ठीक है वधिया बन जाएगी हम ओके गुड चलो आ भी बहुत सोहनी हो गई हाँ बनो बनो अंगूरा दी बेला देखो ठंड नाल किवें होई है पियां ने बूटे तो साढ़े सामने भी लोकेशन बहुत है किन्नू की कटिंग करेंगे आप जो ये फल सारा खा लिया तो फिर उस तो बाद हाँ नवे फुल फुल आई जाते ने नींबू का कंडा ना मेरे हाथ के बच्चे बचिया अच्छा माड़ी गल हुई है पता ही नहीं लगी ओदा इतना तिखा कंडा ठीक है मेनू भी नहीं ओदा पता लगया हुन पता लगदा जद मचदा है इत्थों बंद रुपिंदर की है रस्सी जसनीत नू लेके आई है खेडन गई हाँ उन्होंने पा देंगे बर्ड खाणगे इन्हां नूं साडे फार्म च लियाओ होगी सारी कटिंग करती जी मैं कटिंग ते तुसी बने हो ब्लॉग दे नाल आज मिलन जा रहे हां मेनू सरप्राइज गिफ्ट देख दिया जी संदीप कहंदे तेनू आज सरप्राइज गिफ्ट मिलूगा भी की गिफ्ट मिलूगा मेनू बिल्कुल।